ਇੱਕ ਤਾਂ ਪੰਜ ਮੁਕਤੇ ਨੇ, ਇੱਕ 40 ਮੁਕਤੇ ਨੇ। ਪਹਿਲਾਂ ਪੰਜ ਪਿਆਰੇ ਜਿਨ੍ਹਾਂ ਅੰਮ੍ਰਿਤ ਛਕਿਆ, ਉਹਨਾਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਛਕਿਆ ਉਹਨਾਂ ਨੂੰ ਪੰਜ ਮੁਕਤੇ ਕਿਹਾ ਗਿਆ। ਉਹਨਾਂ ਪੰਜਾਂ ਮੁਕਤਿਆਂ ਵਿੱਚੋਂ ਸ਼ਹੀਦ ਹੋਏ ਚਮਕੌਰ ਸਾਹਿਬ। ਉਸ ਤੋਂ ਬਾਅਦ 40 ਸਿੰਘ ਨੇ ਜਿਹੜੇ ਚਮਕੌਰ ਸਾਹਿਬ ਸ਼ਹੀਦ ਹੁੰਦੇ ਆ, ਉਹਨਾਂ ਦੀ ਗਿਣਤੀ ਵੀ ਹਜ਼ੂਰ ਨੇ ਦਿੱਤੀ। ਗੁਰਸ਼ਨਾ ਚੇਕਾਰੇ ਕੁਨਦ ਚੇਹਲ ਨਰ ਕੇ 10 ਲੱਖ ਬਾਰਾਇਦ ਬਰੋ ਬੇਖਬਰ। 40 ਸਿੱਖ, 40 ਸਰੀਰ, 40 ਤਨ, ਜਿਹੜੇ ਕਈ ਦਿਨਾਂ ਦੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ। 40 ਜੁਝਾਰੂ ਖਾਲਸੇ, ਇੱਕ ਪਾਸੇ 10 ਲੱਖ ਮੁਲਖਈਆ ਅਣਗਿਣਤ ਫੌਜ। ਬਿਦਾਵੇ ਦੀ ਗੱਲ ਚੱਲਦੀ ਹੈ, ਸਾਰੇ ਕਹਿੰਦੇ ਆ, ਪਾਟੇ ਦੀ ਗੱਲ ਸਾਰੇ ਮੰਨਦੇ ਆ, ਲਿਖਣ ਵਾਲਿਆਂ ਦਾ ਥੋੜਾ ਥੋੜਾ ਮਤਭੇਦ ਹੈ, ਯਾਦ ਰੱਖਿਓ। ਮੈਂ ਫੈਸਲਾ ਨਹੀਂ ਦੇਣਾ, ਪਰ ਮੈਂ ਤੇ ਇੱਥੇ ਪਹੁੰਚਣਾ ਵੀ ਪਾਟਿਆ ਜ਼ਰੂਰ ਹੈ। ਹਾਂਜੀ, ਅਨੰਦਪੁਰ ਸਾਹਿਬ ਦਾ ਘੇਰਾ ਪਿਆ। ਇੱਕ ਸੱਜਣ ਉੱਥੋਂ ਸ਼ੁਰੂ ਕਰਦੇ ਆ, ਮਹਾਂ ਸਿੰਘ ਹੁਣੀ ਲਿਖ ਕੇ ਦੇ ਆਏ, ਪਰ ਕਿਸੇ ਗ੍ਰੰਥ ਨੇ ਤਾਂ ਜ਼ਿਕਰ ਨਹੀਂ ਕੀਤਾ, ਮਹਾਂ ਸਿੰਘ ਸ਼ਬਦ ਨਹੀਂ ਵਰਤਿਆ, ਪਾਟਣ ਵੇਲੇ ਵਰਤਿਆ ਹੈ। ਉੱਥੇ ਫਿਰ ਵਿਦਵਾਨਾਂ ਨੇ ਕਿਹਾ, ਐਦਨਾਮੇ ਦਾ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਹੁਣਾਂ ਨੇ, ਸਾਰਿਆਂ ਨੇ, ਸਾਰੇ ਕਾਫਲੇ ਚੱਲਦੇ ਆ ਉੱਥੋਂ। ਕਹਿੰਦੇ ਮੱਝ ਮਜੈਲ ਛੱਡ ਕੇ ਆ ਗਏ। ਦੁਨੀ ਚੰਦ ਦਾ ਜ਼ਿਕਰ ਹੈ ਕਿ ਛੱਡ ਕੇ ਆਉਂਦਾ, ਜਦੋਂ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ, ਉਹਨੂੰ ਲਮਕਾਇਆ, ਉਹਦੀ ਲੱਤ ਟੁੱਟ ਗਈ, ਜਦੋਂ ਮਜੀਠੇ ਆਇਆ ਸੱਪ ਨੇ ਡੰਗ ਮਾਰਿਆ ਤੇ ਮਰ ਗਿਆ। ਯਾਦ ਰੱਖਿਓ, ਦੁਨੀ ਚੰਦ ਦੇ ਪੋਤੇ ਅਨੂਪ ਸਿੰਘ ਤੇ ਸਰੂਪ ਸਿੰਘ ਆਪਣੇ ਦਾਦੇ ਦਾ ਦਾਗ ਧੋਣ ਦੇ ਲਈ ਆਨੰਦਪੁਰ ਸਾਹਿਬ ਗਏ ਸੀ। ਉਹ ਨਰਮੋਹਗੜ੍ਹ ਸ਼ਹੀਦ ਹੋਇਆ ਦੋਨੋਂ। ਇਹ ਅਗਸਤ ਵਿੱਚ ਆਉਂਦਾ, ਉਹ ਅਕਤੂਬਰ ਸ਼ਹੀਦ ਹੁੰਦੇ। ਹਜ਼ੂਰ ਸੱਚੇ ਪਾਤਸ਼ਾਹ ਜਾਂਦੇ ਆ। ਮੈਂ ਆਪ ਨੂੰ ਬੇਨਤੀ ਕਰਾਂ, ਚਮਕੌਰ ਸਾਹਿਬ, ਸਰਹੰਦ, ਸਾਕਾ, ਸਭ ਕੁਝ ਵਾਪਰ ਜਾਂਦਾ। ਜਦੋਂ ਮਹਾਰਾਜ ਇੱਧਰ ਮਾਲਵੇ ਦੀ ਧਰਤੀ ਤੇ ਆਉਂਦੇ ਆ, ਉਧਰ ਚੁਬਾਲ ਸਰਦਾਰ ਦੇਸ ਰਾਜ ਜੀ ਦਾ ਭੋਗ ਹੈ, ਮਜੈਲ ਉੱਥੇ ਇਕੱਠੇ ਹੁੰਦੇ ਆ, ਲਾਹੌਰ ਤੋਂ ਵੀ ਸਾਰੇ ਜਿਹੜੇ ਸਨ ਉੱਥੇ। ਫਿਰ ਇੱਕ ਸਿੱਖ ਵਾਰਤਾ ਸੁਣਾਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਲਾਲ ਸ਼ਹੀਦ ਕਰ ਦਿੱਤੇ, ਮਾਂ ਜੀ ਸ਼ਹੀਦ ਕਰ ਦਿੱਤੇ, ਆਨੰਦਪੁਰ ਸਾਹਿਬ ਉਜਾੜ ਦਿੱਤਾ, ਜੋ ਦੁਸ਼ਮਣ ਕਰਦਾ ਸੀ ਮਨਾਹੀਆਂ ਕੀਤੀਆਂ। ਅੱਜ ਕੁਲ ਸਤਿਗੁਰੂ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਆ। ਫਿਰ ਉੱਥੇ ਸਿੱਖ ਫੈਸਲਾ ਕਰਦੇ ਆ, ਆਪਾਂ ਜਾਵਾਂਗੇ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫੈਸਲਾ ਹੁੰਦਾ, ਇੱਕ ਸਰਦਾਰ ਭਾਗ ਸਿੰਘ, ਨਿਧਾਨ ਸਿੰਘ, ਦਰਬਾਰਾ ਸਿੰਘ, ਮੈਂ ਸਾਰਿਆਂ ਦੇ ਨਾਂ ਤਾਂ ਨਹੀਂ, ਉੱਥੇ ਫੈਸਲਾ ਹੁੰਦਾ ਵੀ ਆਪਾਂ ਸਾਰੇ ਚੱਲਨੇ ਆ, ਰਾਏ ਸਿੰਘ, ਮਾਹ ਸਿੰਘ। ਉੱਥੇ ਫਿਰ ਇਹ ਵੀ ਆਪਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਿਲਨੇ ਆ। ਉਹ ਸੱਜਣ ਉਸ ਧਰਤੀ ਤੇ ਆਉਂਦੇ ਆ, ਇੱਧਰ ਉਹ ਸਤਿਗੁਰੂ ਜਾ ਰਹੇ ਆ। ਤੇ ਮੈਂ ਅਰਜ਼ ਕੀਤੀ, 3 ਭਰਾ ਸਨ ਖੱਤਰੀ ਫਿਰੋਜ਼ਪੁਰ ਦੇ, ਖਿਦਰਾਣਾ, ਰੁਪਾਣਾ ਤੇ ਤਿੰਗਾਣਾ। ਇਹ ਖਿਦਰਾਣਾ ਨਾਮ ਹੈ, ਇਹ ਸ਼ਿਵਜੀ ਦੇ ਭਗਤ ਸਨ। ਇਹ ਖਿਦਰਾਣੇ ਦੀ ਢਾਬ, ਰੁਪਾਣਾ, ਤਿੰਗਾਣਾ ਤੇ ਖਿਦਰਾਣਾ, ਇਹਨੇ ਢਾਬ ਬਣਾਈ ਸੀ ਥਾਂ ਪੱਟ ਕੇ ਵੀ ਇੱਥੇ ਪਾਣੀ ਮੀਂਹ ਦਾ ਇਕੱਠਾ ਹੋਵੇਗਾ ਮਨੁੱਖਾਂ ਲਈ, ਪਸ਼ੂਆਂ ਦੇ ਪੀਣ ਲਈ। ਇੱਧਰੋਂ ਸਤਿਗੁਰੂ ਤੁਰੇ ਜਾ ਰਹੇ ਆ, ਵਜ਼ੀਰ ਖਾਂ ਪਿੱਛੋਂ ਪਿੱਛਾ ਕਰਦਾ ਆ ਰਿਹਾ, ਕਿਉਂਕਿ ਉਹਦੇ ਅੰਦਰ ਅਜੇ ਵੀ ਠੰਡ ਨਹੀਂ ਪਈ ਸਤਿਗੁਰਾਂ ਦੇ ਲਾਲਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵੀ। ਇੱਥੇ ਫਿਰ ਜਦੋਂ ਰਾਮਿਆਂ ਨੇ ਮਿਲਦੇ ਆ,
ਇੱਥੇ ਥੱਲੇ ਚਾਦਰ ਵਿਛਾਈ ਜਾਂਦੀ ਹੈ, ਹਜ਼ੂਰ ਬੈਠ ਜਾਂਦੇ ਆ। ਪਹਿਲਾਂ ਗੱਲਬਾਤ ਚੱਲਦੀ ਹੈ ਲਾਲਾਂ ਦੀ ਸ਼ਹਾਦਤ ਲਈ। ਮਾਝੇ ਦੀਆਂ ਪੰਚਾਇਤਾਂ ਖੇਦ ਪ੍ਰਗਟ ਕਰਦੀਆਂ ਨੇ। ਇੱਥੇ ਫਿਰ ਕਿਹਾ ਜਾਂਦਾ, ਮਹਾਰਾਜ ਜੀ ਵੇਖੋ ਇੰਨਾ ਕੋਈ ਚਲਾ ਗਿਆ, ਤੁਸੀਂ ਸਾਡੇ ਗੁਰੂ ਬਣੇ ਰਹੋ। ਯਾਦ ਰੱਖਿਓ, ਆਗੂਆਂ ਵਿੱਚ ਤੇ ਪਿੱਛੇ ਚੱਲਣ ਵਾਲਿਆਂ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਜੇ। ਆ ਜੋ ਕੋਈ ਤੁਸੀਂ ਜਿੱਤ ਕੇ ਵੀ ਆਏ ਹੋ ਨਾ, ਮੈਨੂੰ ਬਖਸ਼ ਦਿਆ ਜੇ। ਪਿਛਲੇ ਬੜੇ ਦਮ ਵਾਲੇ ਸਰ, ਪਿਛਾ ਮੁੜਨ ਕੋਈ ਨਹੀਂ ਦੇਣਾ ਉਹਨਾਂ ਨੂੰ, ਇਸ ਲਈ ਨਾ ਜੀ ਉਹਨਾਂ ਕਿਹਾ ਆਗੂਆਂ ਨੂੰ ਵੀ, ਆਗੂ ਸਮਝਦੇ ਪਿਛਾ ਮੌਤ ਹੈ ਜੇ ਝੁੱਕ ਗਏ ਤਾਂ। ਹੁਣ ਜਿਹੜੇ ਆਗੂ ਸਨ ਸਰਦਾਰ ਭਗਤ ਸਿੰਘ ਹੁਣੀ ਚੌਧਰੀ, ਉੱਥੇ ਇਲਾਕੇ ਦੀ ਪੰਚਾਇਤ ਰਤਨ ਸਿੰਘ ਪੰਗੂ ਕਹਿੰਦਾ ਪੰਚਾਇਤ ਆਈ, ਚੌਧਰੀ ਆਏ, ਉਹਨਾਂ ਕਿਹਾ ਮਹਾਰਾਜ ਸਾਡੀ ਗੱਲਬਾਤ ਹੈ ਲਾਹੌਰ ਨਾਲ, ਆਪਾਂ ਗੱਲਬਾਤ ਚਲਾ ਕੇ ਸੁਲਾ ਸਪਾਈ ਨਾ ਰਹੀਏ, ਤੁਸੀਂ ਗੁਰੂ ਬਣੇ ਰਹੋ, ਅਸੀਂ ਸਿੱਖ ਬਣੇ ਰਹੀਏ। ਮਹਾਰਾਜ ਪਹਿਲੇ ਬਚਨ ਕਹਿੰਦੇ ਆ, ਤੁਸੀਂ ਗੁਰੂ ਬਣ ਕੇ ਉਪਦੇਸ਼ ਦੇਣ ਆਏ ਹੋ ਕਿ ਸਿੱਖ ਬਣ ਕੇ ਆਏ ਹੋ? ਵੇਖੋ ਗੁਰੂ ਸਾਹਿਬ ਦੀ ਦ੍ਰਿੜਤਾ। ਕਹਿੰਦੇ ਉਦਣ ਤੁਸੀਂ ਲਾਹੌਰ ਕਿੱਥੇ ਗਏ ਜਿੱਦਣ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ? ਉਦਣ ਕਿੱਥੇ ਗਏ ਜਿੱਦਣ ਪਿਤਾ ਗੁਰਦੇਵ ਨੂੰ ਚਾਂਦਨੀ ਚੌਂਕ ਚ ਸੀਸ ਕਲਮ ਕੀਤਾ ਗਿਆ? ਤੁਹਾਡੀ ਚੱਲਦੀ ਹੈ ਨਾ, ਉਦੋਂ ਕਿੱਥੇ ਗਏ ਜਦੋਂ ਸ਼ੀਰਖੋਰ ਬੱਚੇ ਨੀਹਾਂ ਚ ਖੜੇ ਕਰਕੇ ਸ਼ਹੀਦ ਕਰ ਦਿੱਤੇ? ਜਦੋਂ ਇਸ ਗੱਲ ਇਹ ਗੱਲ ਤਲਕੀ ਸਮਝ ਲਵੋਗੀ, ਹਜ਼ੂਰ ਨੇ ਇੰਨੀ ਚਿਰ ਨੂੰ ਟਾਂਗੂ ਆ ਗਿਆ। ਟਾਂਗੂ ਕਹਿੰਦੇ ਹੁੰਦੇ ਸਨ ਕਿ ਇੱਕ ਬੰਦਾ ਰੁੱਖ ਉੱਚੇ ਰੁੱਖ ਤੇ ਖਲੋਤਾ ਹੁੰਦਾ ਸੀ, ਚਾਰ ਚੁਫੇਰੇ ਨਿਗਾਹ ਰੱਖਦਾ ਸੀ ਕੋਈ ਫੌਜ ਤਾਂ ਨਹੀਂ ਆ ਰਹੀ, ਦੂਰੋਂ ਦੇਖਿਆ ਫੌਜ ਤੁਰੀ ਆਉਂਦੀ। ਉਹਨੇ ਆ ਕੇ ਕਿਹਾ, ਮਹਾਰਾਜ ਚੱਲੋ ਅੱਗੇ ਕੋਈ ਥਾਂ ਸਹੀ ਟਿਕਾਣਾ ਲੱਭ ਕੇ ਆਪਾਂ ਮੁਕਾਬਲਾ ਕਰੀਏ, ਫੌਜ ਆ ਗਈ। ਇੰਨੇ ਚਿਰ ਚ ਗੱਲਬਾਤ ਹੁੰਦੇ ਆਰਾਮਿਆ ਨੇ, ਉਹਨਾਂ ਕਿਹਾ ਜੀ ਇਹ ਫਿਰ ਸਾਡੇ ਤੋਂ ਸਿੱਖੀ ਨਹੀਂ ਨਿਭ ਸਕਦੀ ਇਸ ਤਰ੍ਹਾਂ। ਮਹਾਰਾਜ ਨੇ ਕਿਹਾ ਨਹੀਂ ਨਿਭ ਸਕਦੀ, ਲਿਖ ਦਿਓ। ਮਾਨ ਸਿੰਘ ਨਿਸ਼ਾਨ ਚ ਹੀ ਕਿਹਾ ਜਾਂਦਾ ਕਲਮ ਤੇ ਦਵਾਤ ਲਿਆਇਆ, ਕਾਗਜ਼ ਲਿਆਇਆ, ਲਿਖ ਦਿੱਤਾ। ਸਿੱਧੇ ਸ਼ਬਦ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾ ਰਿਹਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ। ਤਿੰਨ ਬੰਦਿਆਂ ਦੇ ਸਾਈਨ ਹੋਏ ਸਮਝੀ ਬਸ। ਉਹਨਾਂ ਕਿਹਾ ਜਦੋਂ ਕਾਹਲੀ ਸਾਈਨ ਕੀਤੇ, ਮਹਾਰਾਜ ਅੱਗੇ ਤੁਰ ਪਏ, ਕਾਗਜ਼ ਲਪੇਟ ਕੇ ਆਪਣੀ ਜੇਬ ਚ ਕਮਰ ਕੱਸਾ ਕਹਿ ਲੋ ਪਾ ਲਿਆ, ਮਾਝੇ ਵਾਲੇ ਪਿੱਛਾ ਨੂੰ ਤੁਰ ਲੱਗੇ। ਫਿਰ ਮਾਈ ਭਾਗੋ ਨੇ ਲਲਕਾਰਿਆ, ਉਹਨੇ ਕਿਹਾ ਆਪਾਂ ਘਰੋਂ ਆਏ ਕਾਹਦੇ ਲਈ ਹਾਂ, ਆਪਾਂ ਹਜ਼ੂਰ ਦਾ ਸਾਥ ਛੱਡ ਜਾਈਏ? ਇੱਧਰ ਪਾ ਰਹੀ ਹੈ ਫੌਜ, ਉੱਧਰ ਗੁਰੂ ਗੋਬਿੰਦ ਸਿੰਘ ਨਾਲ ਇਹ ਮੁਕਾਬਲਾ ਕਰਨ ਚਾਹੁੰਦੇ ਨੇ। ਉੱਥੇ ਅਗਲੀ ਉਹਨੇ ਤਕਰੀਰ ਜਿਹੜੀ ਦਿੱਤੀ ਗੁਰੂ ਕੀਆਂ ਸਾਖੀਆਂ ਨੇ ਸਰੂਪ ਸਿੰਘ ਕੋਸ਼ਕ ਦੀਆਂ, ਉਹਦੇ ਚ ਲਿਖਿਆ ਅਜੇ ਤਾਂ ਦੁਨੀ ਚੰਦ ਵਾਲਾ ਕਲੰਕ ਨਹੀਂ ਧੁੱਪਦਾ ਪਿਆ, ਤੁਸੀਂ ਕਿਹੜੇ ਮੂੰਹ ਨਾਲ ਘਰ ਜਾਓਗੇ, ਕਿਵੇਂ ਉੱਥੇ ਮਿਲੋਗੇ ਪਰਿਵਾਰਾਂ ਨੂੰ, ਕਿਵੇਂ ਦੇਸ਼ ਜਾਓਗੇ? ਬੀਬੀ ਨੇ ਲਲਕਾਰਿਆ, ਚੇਤੇ ਰੱਖੇ ਉਹਦੇ ਭਰਾ ਵੀ ਇਹਦੇ ਵਿੱਚ ਸ਼ਾਮਿਲ ਸਨ। ਮਾਈ ਭਾਗੋ ਨੇ ਕਿਹਾ ਵਾਪਸ ਨਹੀਂ, ਚਲੋ ਗੁਰੂ ਗੋਬਿੰਦ ਸਿੰਘ ਤੱਕ ਦੁਸ਼ਮਣ ਦੇ ਪਹੁੰਚਣ ਤੋਂ ਪਹਿਲਾਂ ਆਪਾਂ ਸ਼ਹੀਦ ਹੋਵਾਂਗੇ, ਸਾਡੇ ਸਰੀਰ ਤੋਂ ਲੰਘ ਕੇ ਕੋਈ ਅੱਗੇ ਜਾਏ, ਗੁਰੂ ਗੋਬਿੰਦ ਸਿੰਘ ਦੀ ਆਪਾਂ ਸੇਵਾ ਖੂਨ ਡੋਲ ਕੇ ਕਰਾਂ। ਇੱਥੇ ਫਿਰ ਮਜੈਲਾਂ ਨੇ ਜਕਾਰੇ ਛੱਡੇ, ਅੱਗੇ ਅੱਗੇ ਸਤਿਗੁਰੂ ਜਾ ਰਹੇ ਆ। ਖਦਰਾਣੇ ਦੀ ਢਾਬ ਤੇ ਜਾ ਕੇ ਮਹਾਰਾਜ ਨੇ ਟਿਕਾਣਾ ਕਰ ਲਿਆ। ਮੈਂ ਕਿਹਾ ਵੀ ਖਦਰਾਣਾ ਆਦਮੀ ਦਾ ਨਾਮ ਹੈ। ਇੱਥੇ ਫਿਰ ਝਾੜੀਆਂ ਉੱਤੇ ਕਛਹਿਰੇ ਬਸਤਰ, ਇੱਕ ਨੀਤੀ ਹੈ ਫੌਜ ਦੀ, ਦੂਰੋਂ ਲੱਗੇ ਤੰਬੂ ਨੇ, ਇੱਧਰ ਵਜ਼ੀਰ ਖਾਂ ਗਿਆ, ਇਹਦੇ ਫਿਰ ਬਦਾਵਾ ਲਿਖਣ ਵਾਲੇ ਲੜੇ ਜੂਝੇ। ਤੇ ਮੈਂ ਫਿਰ ਬੇਨਤੀ ਕਰਾਂਗਾ, ਜਿਹੜੇ ਗਾਇਕ ਨੇ
ਹੱਥ ਜੋੜ ਕੇ ਬੇਨਤੀ ਹੈ ਜੀ, ਭੱਦੀ ਸ਼ਬਦਾਵਲੀ ਨਾ ਵਰਤਿਆ ਕਰੋ ਭਾਈ ਮਾਨ ਸਿੰਘ ਲਈ। ਬੜਾ ਦੁੱਖ ਲੱਗਦਾ ਕਿਉਂਕਿ ਅਸੀਂ ਸਭ ਕੁਝ ਸੁਣੀ ਜਾਂਦੇ, ਚੂੜੀਆਂ ਪਾ ਲਓ, ਵੰਗਾਂ ਪਾ ਲਓ, ਸਲਵਾਰਾਂ ਪਾ ਲਓ, ਚੁੰਨੀਆਂ ਲੈ ਲਓ। ਉਹ ਸਿੱਖੋ ਮਾਨ ਸਿੰਘ ਉਹ ਸਿੱਖ ਹੈ ਜਿਹਦਾ ਆਖਰੀ ਸਵਾਸ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਨਿਕਲਿਆ, ਜਿਹਦੇ ਮੱਥੇ ਤੇ ਗੁਰੂ ਗੋਬਿੰਦ ਸਿੰਘ ਨੇ ਨੇਤਰਾਂ ਚੋਂ ਨੀਰ ਡਿੱਗਾ। ਉਹ ਆਮ ਸਿੱਖ ਕੋਈ? ਇਧਰੋਂ ਫਿਰ ਜੰਗ ਪੂਰੇ ਜੋਬਨ ਤੇ ਸੀ, ਫਿਰ ਮਜੈਲ ਅੜ ਕੇ ਲੜੇ ਮਹਾਰਾਜ, ਆਪਣੇ ਤੀਰ, ਆਪਣੀ ਕਿਰਪਾਨ, ਸਭ ਕੁਝ ਤਿਆਰੀ, ਤੇ ਪੁੱਛਦੇ ਨੇ ਕੌਣ? ਸਿੱਖ ਕਹਿੰਦੇ ਨੇ ਮਹਾਰਾਜ ਜਿਹੜੇ ਲਿਖ ਕੇ ਦੇ ਗਏ ਉਹ ਲੜ ਰਹੇ ਨੇ। ਕਹਿੰਦੇ ਸਤਿਗੁਰੂ ਦੇ ਨੇਤਰ ਭੇਜਾਏ ਕਾਵੀ ਜੇ ਵਿੱਚੇ। ਮੁੱਕਦੀ ਗੱਲ ਕੀ ਜੀ, ਕੁਝ ਘੰਟਿਆਂ ਦੀ ਜੰਗ ਹੋਈ, ਸੈਂਕੜੇ ਦੀ ਗਿਣਤੀ ਚ ਵਜ਼ੀਰ ਖਾਂ ਦੇ ਬੰਦੇ ਮਰੇ, ਪਿਆਸ ਨਾਲ ਤੜਫਣ ਲੱਗੇ, ਤੇ ਕਪੂਰਾਂ ਨਾਲ ਸੀ, ਕੋਟਕਪੂਰੇ ਕਪੂਰ ਸਿੰਘ ਬਰਾੜ ਕਹਿ ਲਓ ਹਨਾ, ਇਹ ਅੰਦਰ ਗੁਰੂ ਗੋਬਿੰਦ ਸਿੰਘ ਨਾਲ ਸੀ, ਬਾਹਰੋਂ ਮਜਬੂਰੀ ਦਾ ਉਹਨਾਂ ਨਾਲ ਸੀ। ਉਂਝ ਵੈਸੇ ਕਿਲਾ ਨਹੀਂ ਸੀ ਦਿੱਤਾ, ਗੁਰਦੇਵ ਨੇ ਕਿਹਾ ਜਿਹੜਾ ਨਹੀਂ ਤੂੰ ਦਿੰਦਾ ਪਿਆ, ਚੇਤੇ ਰੱਖੀ ਮੌਤ ਇੱਕ ਦਿਨ ਫਿਰ ਵੀ ਆਉਣੀ, ਫਾਇਲ ਲਾ ਦਿੱਤਾ ਸੀ। ਮੈਂ ਬੇਨਤੀ ਕਰਾਂ, ਵਜ਼ੀਰ ਖਾਂ ਪੁੱਛਦਾ ਪਿਆਸ ਨਾਲ ਤੜਫਣੇ ਪਏ ਆ, ਉਹ ਕਹਿੰਦਾ ਅੱਗੇ ਚੱਲੋਗੇ ਤੇ 30 ਕੋ, ਪਿੱਛੇ ਚੱਲੋਗੇ 10 ਕੋ, ਇਸ ਨਹੀਂ ਕਿਹਾ। ਉਹਨੇ ਆਪਣਾ ਕੰਮ ਕਰਤਾ, ਪਿੱਛੇ ਆ ਗਏ। ਸੱਚ ਏਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਇਹ ਚਲੇ ਗਏ, ਉੱਥੇ ਮੁਸਲਮਾਨ ਵਾਹਿਗੁਰੂ ਇਹ ਆਪਣੇ ਮਰੇ ਹੋਏ ਬੰਦਿਆਂ ਦੇ ਸਰੀਰ ਵੀ ਛੱਡ ਗਏ। ਮਹਾਰਾਜ ਨੇ ਉਹ ਵੀ ਸੱਚੀ ਦਫਨਾਏ। ਗੁਰੂ ਸਾਹਿਬ ਜੀ ਦਾ ਕਿਰਦਾ ਬਹੁਤ ਵਿਸ਼ਾ, ਉਤਰੇ ਥੱਲੇ ਗੁਰਮੁਖੋ ਦੇਖਿਆ ਵੀ ਜਿਹੜੇ ਲਿਖ ਕੇ ਗਏ ਸਨ ਜਿਨ੍ਹਾਂ ਦੇ ਸਾਥੀ, ਕਹਿਤਾ ਦੇਸ਼ ਗਿਆ। ਉੱਥੇ ਫਿਰ ਮਹਾਰਾਜ ਇੱਕ ਇੱਕ ਨੂੰ ਆਪਣੇ ਸੀਨੇ ਨਾਲ ਲਾਇਆ, ਸ਼ਹੀਦ ਹੋਏ ਸਰੀਰਾਂ ਕੋਲੋਂ ਨਿਕਲੇ, ਇਹ ਮੇਰਾ 10,000, ਇਹ ਮੇਰਾ 20,000, ਇਹ ਮੇਰਾ ਕਾਬਲ ਦਾ ਬਾਦਸ਼ਾਹ, ਇਹ ਮੇਰਾ ਹਿੰਦੁਸਤਾਨ ਦਾ ਬਾਦਸ਼ਾਹ, ਇੰਨੇ ਰੁਤਬੇ ਦੇਈ ਗਏ। ਅਖੀਰ ਤੇ 3 ਜਣਿਆਂ ਦੇ ਸਵਾਸ ਚੱਲ ਰਹੇ ਸਨ, ਕਈ ਹਿਸਟਰੀ ਰਾਏ ਸਿੰਘ ਦਾ ਜ਼ਿਕਰ ਕਰਦੀ, ਪਰ ਅਖੀਰ ਤੇ ਜੋ ਸਾਡੀ ਪਰੰਪਰਾ ਮੈਂ ਉਹਨੂੰ ਉਲੰਘਾਂਗਾ ਨਹੀਂ। ਮਹਾਰਾਜ ਭਾਈ ਮਾਨ ਸਿੰਘ ਦੇ ਕੋਲ ਚਲੇ ਗਏ, ਕਹਿੰਦੇ ਨੇ ਖੂਨ ਨਾਲ ਲੱਥ ਪੱਥ ਸੀ ਜਿਹੜਾ ਚੋਲਾ ਤੇ ਮਹਾਰਾਜ ਜੀ ਦਾ ਪਜਾਮਾ ਭਾਈ ਡੱਲਾ ਜੀ ਦੇ ਘਰ ਪਿਆ, ਤੁਹਾਨੂੰ ਦਰਸ਼ਨ ਕੀਤੇ ਹੋਣੇ ਨੇ, ਉਹਦੇ ਇੱਕ ਪਾਸੇ ਨਿਸ਼ਾਨ ਨੇ, ਹੈ ਨਾ, ਖੂਨ ਦੇ ਨਿਸ਼ਾਨ ਨੇ, ਇਹਦਾ ਮਤਲਬ ਉਹ ਕਿਹਦੇ ਹੋ ਸਕਦੇ? ਉਦੋਂ ਬਾਅਦ ਤਾਂ ਮਹਾਰਾਜ ਨੇ ਜੰਗ ਨਹੀਂ ਲੜੀ, ਮੁਕਤਸਰ ਤੋਂ ਉੱਥੇ ਜਾਂਦੇ ਆ। ਮੇਰਾ ਮਨ ਕਈ ਵਾਰੀ ਕਹਿੰਦਾ, ਮੈਂ ਦਾਵਾ ਨਹੀਂ ਕਰਦਾ, ਪਰ ਉਹ ਜਿਹੜੇ ਨਿਸ਼ਾਨ ਨੇ ਕਿਤੇ ਭਾਈ ਮਾਨ ਸਿੰਘ ਦੇ ਤੇ ਨਹੀਂ ਜਿਹਨੂੰ ਸਤਿਗੁਰੂ ਨੇ ਝੋਲੀ ਚ ਆਪਣੀ ਚ ਪਾਇਆ। ਮਹਾਰਾਜ ਸੱਤੇ ਪਾਤਸ਼ਾਹ ਜੀ ਨੇ ਜਲ ਮੰਗਾਇਆ, ਭਾਈ ਮਾਨ ਸਿੰਘ ਦੇ ਚਿਹਰੇ ਨੂੰ ਸਾਫ ਕੀਤਾ, ਮੁੱਖ ਚ ਨੀਰ ਪਾਇਓ ਨੇ। ਜਦੋਂ ਉਹਦੇ ਨੇਤਰ ਖੁੱਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਦੇ ਦੀਦਾਰ, ਹਜ਼ੂਰ ਨੇ ਕਿਹਾ, ਫਰਮਾਇਆ ਕੁਛ ਮੰਗ ਲੈ। ਬੁੱਲ ਥਰਕ ਰਹੇ ਸਨ, ਕੁਛ ਮੰਗ ਲੈ, ਹੱਥ ਜੁੜ ਗਏ, ਕੰਬ ਦੇ ਹੱਥਾਂ ਨਾਲ ਕਿਹਾ, ਸਤਿਗੁਰੂ ਟੁੱਟੀ ਗੰਢ ਲਓ। ਅਸੀਂ ਭੁੱਲ ਗਏ, ਟੁੱਟੀ ਗੰਢ ਲਵੋ ਮਹਾਰਾਜ, ਕਦੀ ਨਹੀਂ, ਮੈਂ ਤੁਹਾਨੂੰ ਕਿਹਾ ਕਦੀ ਨੇਤਰਾਂ ਚ ਨੀਰ ਨਹੀਂ ਆਇਆ, ਪੁੱਤਰਾਂ ਦੇ ਕੋਲੋਂ ਲੰਘੇ,
ਮਾਂ ਦੀ ਖਬਰ ਮਿਲੀ। ਗੁਰਮੁਖੋ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਬਹੁਤ ਪਿਆਰ ਕਰਦੇ ਨੇ ਆਪਣੇ ਸਿੱਖਾਂ ਨੂੰ। ਤੁਸੀਂ ਰੋਜ਼ ਚੌਪੀ ਪੜ੍ਹਦੇ ਹੋ, ਪਰਿਵਾਰ ਚ ਕੀ ਜੀਜ ਹੁੰਦਾ? ਸਾਰੇ ਜੀ ਚਲੇ ਗਏ ਤੇ ਅੱਜ ਵੀ ਕਹਿੰਦੇ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭ ਹੈ ਕਰਤਾਰਾ। ਇਹ ਕਰਤਾਰ ਆ ਸਿੱਖ ਤੇ ਸੇਵਕ ਮੇਰਾ ਪਰਿਵਾਰ ਹੈ, ਤੂੰ ਮੇਰ ਕਰੀ ਮੇਰੇ ਪਰਿਵਾਰ ਨੂੰ ਕਦੀ ਤੱਤੀ ਬਾਹ ਨਾ ਲਾ। ਹਜ਼ੂਰ ਟੁੱਟੀ ਗੰਢ ਲਓ, ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ, ਵੈਸੇ ਹਿਸਟਰੀ ਚ ਨਹੀਂ ਕਥਾ ਵਾਚਕ ਢਾਡੀ ਸਿੰਘ ਵਿਚਾਰ ਵਾਲੇ ਰੰਗ ਭਰਦੇ ਆ। ਮਹਾਰਾਜ ਨੇ ਕਿਹਾ ਉਹ ਸੂਰਮਿਆਂ ਦਾ ਨਿਵਾਸ ਤਾਂ ਕਰਮ ਖੰਡ ਚ ਹੁੰਦਾ ਹੈ, ਕਿਉਂਕਿ ਤਿੱਥੇ ਜੋਤ ਮਹਾ ਬਲਸੂਰ। ਤੁਸੀਂ ਕਰਮ ਖੰਡ ਤੱਕ ਪਹੁੰਚੇ ਹੋ, ਯਾਦ ਰੱਖਿਓ ਪੰਜਾਂ ਖੰਡਾਂ ਵਿੱਚੋਂ ਕਰਮ ਖੰਡ ਤੇ ਸੱਚਖੰਡ ਇੱਕ ਪੌੜੀ ਹੈ। ਤੁਸੀਂ ਕਰਮ ਖੰਡ ਚ ਪਹੁੰਚੇ ਹੋ, ਤੁਹਾਡੇ ਲਈ ਸੱਚਖੰਡ ਦੂਜੀ ਪੌੜੀ ਨਹੀਂ? ਕਹਿਣ ਲੱਗੇ ਸਾਡੇ ਲਈ ਬੂਹੇ ਖੁੱਲੇ ਆ, ਪਰ ਜਿਹੜਾ ਲਿਖਿਆ ਹੋਇਆ ਨਾ, ਤੂੰ ਸਾਡਾ ਗੁਰੂ ਨਹੀਂ, ਤੁਸੀਂ ਗੁਰੂ ਨਹੀਂ, ਅਸੀਂ ਸਿੱਖ ਨਹੀਂ। ਮਹਾਰਾਜ ਟੁੱਟੀ ਗੰਢ ਦਿਓ, ਸਾਡੇ ਇੱਕ ਅਨੁਭਵੀ ਗੁਰਮੁਖ ਕਹਿੰਦੇ ਸਨ, ਮਹਾਰਾਜ ਨੇਤਰ ਭਰ ਕੇ ਕਹਿੰਦੇ ਟੁੱਟੀ ਕਦੋਂ ਸੀ? ਕਹਿਣ ਲੱਗੇ ਮਹਾਰਾਜ ਕਾਗਜ਼ ਟੁੱਟੀ। ਹਜ਼ੂਰ ਕਹਿੰਦੇ ਟੁੱਟੀ ਇਹ ਲਿਖਿਆ ਤੁਸੀਂ ਗੁਰੂ ਨਹੀਂ ਅਸੀਂ ਸਿੱਖ ਨਹੀਂ, ਮੈਂ ਤਾਂ ਨਹੀਂ ਲਿਖਿਆ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ। ਇੱਕ ਪਾਸਾ ਹੈ ਨਾ, ਇਹਨਾਂ ਬੰਦਿਆਂ ਦੇ ਦਸਖਤ ਨੇ, ਮੈਂ ਤਾਂ ਨਹੀਂ ਕੀਤੇ। ਕਹਿਣ ਲੱਗੇ ਟੁੱਟਦੀ ਤਾਂ ਹੁੰਦੀ ਹੈ ਜੇ ਦਵੱਲੀ ਦਸਖਤ ਕਰੇ ਹੋਈਏ ਹੋਣ, ਮੈਨੂੰ ਪਤਾ ਸੀ ਤੁਸੀਂ ਮੇਰੇ ਹੋ ਤੇ ਮੇਰੇ ਵਾਪਸ ਜ਼ਰੂਰ ਆਓਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾਇਆ, ਤਿੰਨ ਵਾਰੀ ਸ਼ਬਦ ਕਿਹਾ, ਟੁੱਟੀ ਸੁੰਨ ਖੁੱਟੀ, ਟੁੱਟੀ ਸੁੰਨ ਖੁੱਟੀ, ਤੀਜੀ ਵਾਰੀ ਕਿਹਾ ਟੁੱਟੀ ਸੁੰਨ ਖੁੱਟੀ, ਕੱਢਿਆ ਕਾਗਜ਼ ਪੁਰਜਾ ਪੁਰਜਾ ਕਰਕੇ ਉਡਾ ਦਿੱਤੇ ਸਾਰੇ। ਮਹਾਂ ਸਿੰਘ ਕਹਿੰਦਾ ਸਤਿਗੁਰੂ ਕਦੀ ਵੀ ਸਮਾਂ ਨਾ ਸਿੱਖਾਂ ਕੋਲ ਆਵੇ ਦੁਬਾਰਾ ਇਹੋ ਜਿਹੇ ਕਾਗਜ਼ ਕੋਈ ਲਿਖੇ। ਫਿਰ ਕਹਿੰਦੇ ਨੇ ਦੇਰ ਰਾਤ ਤੱਕ ਭਾਈ ਮਹਾਂ ਸਿੰਘ ਗੱਲਾਂ ਕਰਦੇ, ਇੱਕੋ ਦਮ ਉਸ ਵਕਤ ਚਲਾਣਾ ਨਹੀਂ ਹੋਇਆ। ਮਹਾਰਾਜ ਕੋਲ ਬੈਠੇ ਰਹੇ, ਜ਼ਖਮ ਯਤਨ ਕੀਤਾ ਪੱਟੀਆਂ ਦੇ, ਦੇਰ ਰਾਤ ਤੱਕ ਬਚਨ ਕਰਦੇ ਰਹੇ। ਫਿਰ ਭਾਈ ਮਹਾਂ ਸਿੰਘ ਜੀ, ਭਾਈ ਰਾਏ ਸਿੰਘ ਜੀ ਜਿਹੜੇ ਨਾਲ ਸਿੰਘ ਸਨ, ਉਹ ਸ਼ਹਾਦਤ ਦਾ ਜਾਮ ਪੀ ਗਏ। ਮਾਈ ਭਾਗੋ ਉਹ ਝਾਈ ਸੱਚ ਏ ਜੇ ਉਸ ਮਾਤਾ ਨੇ, ਮਾਈ ਚਲੋ ਸ਼ਬਦ ਅਸੀਂ ਵਰਤਨੇ ਆ, ਰੱਖ ਵਿਖਾਈ ਮਾਝੇ ਦੀ, ਮਾਝਾ ਬਚਾਇਆ ਉਹਨੇ, ਮਾਲਵਾ ਦਾਨ ਸਿੰਘ ਬਚਾ। ਮਹਾਰਾਜ ਜੀ ਨੇ ਨਾਲ ਰਹਿ, ਬੀਬੀ ਜੀ ਹਜ਼ੂਰ ਸਾਹਿਬ ਆਪਾਂ ਜਾਂਦੇ ਹਾਂ, ਉੱਥੋਂ ਦਾ ਅੰਤਲਾ ਸਮਾਂ ਆਇਆ, ਅੱਜ ਅਸੀਂ ਉਹਨਾਂ ਨੂੰ ਯਾਦ ਪੈ ਕਰਨੇ ਹਾਂ। ਬਸ ਅਸੀਂ ਸਾਰੇ ਅੱਜ ਇੱਕ ਅਰਦਾਸ ਕਰੀਏ, ਮਾਲਕਾ ਦਾੜੇ ਕਰਕੇ ਕਿਰਪਾਨਾਂ ਕਰਕੇ ਤੇ ਲੱਗਦਾ ਜੁੜੇ ਹਾਂ, ਕਿਤੇ ਸੁਰਤ ਕਰਕੇ ਗੰਦੀ ਵਾਸ਼ਨਾ ਬੇਦਾਵਾ ਦੇ ਜਾਂਦੀ, ਤੂੰ ਕਿਰਪਾ ਕਰ ਸਾਡੀ ਅੰਦਰੋਂ ਟੁੱਟੀ ਗੰਢ ਲੈ। ਗੁਰੂ ਗੋਬਿੰਦ ਸਿੰਘ ਬਸ ਇਹੀ ਅਰਦਾਸ ਕਰੀਏ, ਦਾਤਾ ਅਸੀਂ ਭੁੱਲ ਗਏ ਹਾਂ। ਭਾਈ ਵੀਰ ਸਿੰਘ ਕਹਿੰਦੇ ਨੇ ਸਿੱਖੋ ਬੇਦਾਵੇ ਵਾਲਿਆਂ ਨੂੰ ਇੰਨਾ ਪਿਆਰ ਕਰਦਾ ਤੇ ਜਿਹੜੇ ਦਾਵਾ ਕਰਕੇ ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਸਾਡਾ ਬਾਪ ਹੀ, ਉਹਨਾਂ ਨੂੰ ਕਿੰਨਾ ਪਿਆਰ ਕਰਦਾ।